ਲਓ ਜੀ ਆ ਜਿਹੜੀ ਮੁਸ਼ਕਨ ਘੋੜੀ ਹੈ ਇਹ ਖੜੀ ਹੈ ਜੀ ਅਜ਼ਰ ਕੋਲ ਅਜ਼ਰ ਚੱਕਦਾ ਬਾਬਾ ਜੀ ਅਤੇ ਇਹ ਪਿਛਲੇ ਪੈਰ ਜੇ ਅਤੇ ਇਹ ਪੈਰ ਜੇ ਅਗਲੇ ਦੋਵਾਰ ਨਾਲ ਵੇਖ ਲਓ ਲਓ ਤੁਹਾਨੂੰ ਹੁਣ ਘੋੜੀ ਅਸੀਂ ਵਿਖਾਉਂਦੇ ਹਾਂ ਜਨਾਬ ਇਹ ਘੋੜੀ ਦੇ ਲਓ ਜਨਾਬ ਗਾਹਕ ਸ਼ਾਕ ਲੱਗੇ ਹੈ ਜੇ ਅਤੇ ਕਾਜੇ ਕੂਜੇ ਕੀਤੀ ਹੋਈ ਹੈ ਗਾਹਕ ਗੁਕ ਲੈ ਰਹੇ ਨੇ ਯਾਨੀ ਗੱਲਬਾਤ ਕਰ ਰਹੇ ਨੇ ਪਸੰਦ ਹੈ ਇਹਦੀ ਗੱਲ ਅਜ਼ਰ ਭਾਈ ਕੀ ਹਾਲ ਹੈ ਅਤੇ ਮਾਸ਼ਾ ਅੱਲਾ ਜੀ ਜਨਾਬ ਮਾਸ਼ਾ ਅੱਲਾ ਅੱਲਾ ਦੀ ਬਣਾਈ ਚੀਜ਼ ਹੈ ਬਾਕੀ ਪਸੰਦ ਆਵੇ ਜਾਂ ਨਾ ਆਵੇ ਉਹ ਦੂਸਰੀ ਗੱਲ ਹੈ ਅਤੇ ਜਨਾਬ ਮੇਰੇ ਦੋਸਤ ਕਹਿੰਦੇ ਨੇ ਮੈਨੂੰ ਕਿ ਅੱਛੀਆਂ ਅੱਛੀਆਂ ਜਾਨਵਰ ਵਿਖਾਓ ਜਨਾਬ ਅਤੇ ਲਓ ਜਨਾਬ ਕੋਸ਼ਿਸ਼ ਮੈਂ ਕਰਨਾ ਕਿ ਅੱਛੇ ਅੱਛੇ ਜਾਨਵਰ ਵਿਖਾਵਾਂ ਮਗਰ ਜੇ ਮੰਡੀ ਦੇ ਵਿੱਚ ਆਮਣੀ ਹੋ ਜਾਏ ਤਾਂ ਫਿਰ ਮੈਂ ਹੁਣ ਕਿੱਧਰ ਜਾਵਾਂ ਅਤੇ ਲਓ ਜਨਾਬ ਮਾਸ਼ਾ ਅੱਲਾ ਜੀ ਬਿਸਮਿਲਾ ਅਜ਼ਰ ਭਾਈ ਅਲਹਮਦੁਲਿਲਾ ਅਜ਼ਰ ਭਾਈ ਕਿੰਨੇ ਪੈਸੇ ਨੇ 3 ਲੱਖ ਰੁਪਈਆ 3 ਲੱਖ ਰੁਪਈਆ ਉਮਰ ਕਿੰਨੀ ਹੋ ਗਈ ਉਮਰ ਸ਼ੁਰੂ 5 ਸਾਲ 5 ਸਾਲ ਜੀ ਹਾਂ ਕੋਈ ਨੱਚਦੀ ਨੁੱਚਦੀ ਸਾਰੀ ਹੈ ਸਵਾਰੀ ਦੀ ਬਹੁਤ ਅੱਛੀ ਹੈ ਅੱਛਾ ਰਾਈਡਿੰਗ ਰੂਡਿੰਗ ਵਾਸਤੇ ਸਹੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਜਾਇਜ਼ ਮੁਨਾਸਬ ਹੋਰ ਕਿੰਨਾ ਕਿਰਾਇਆ ਹੋ ਜਾਏਗਾ ਆਪਾਂ 20,000 ਹੋਰ ਕਰ ਦਿਸਾਂਗਾ ਲਓ ਜੀ ਇਹ ਨੇ ਸਾਡੇ ਨਾਲ ਅਜ਼ਰ ਭਾਈ ਕਿੰਨੇ ਜਾਨਵਰ ਲੈ ਕੇ ਆਏ ਜੀ 6 ਜਾਨਵਰ ਲੈਂਦੇ ਹਨ 2 ਰਹਿ ਗਏ ਬਾਕੀ 4 ਗਏ ਜੀ ਨੰਬਰ ਦੱਸੋ ਜ਼ਰਾ 03141 ਹਾਂਜੀ 32 53 355 ਤੇ ਅਜ਼ਰ ਭਾਈ ਨਾਲੇ ਵੀ ਦੱਸ ਦਿਆ ਜੇ ਕਿ ਡੇਰੇ ਦੀ ਮੰਡੀ ਕਦੋਂ ਲੱਗ ਰਹੀ ਡੇਰਾ ਜੀ 22 ਤਰੀਕ ਨੂੰ ਲੱਗ ਰਿਹਾ ਪੱਕੀ ਗੱਲ ਹਾਂ ਕੋਈ ਤਾਂ 18 17 ਦਾ ਸ਼ੁਰੂ ਲੈ ਕਰਾ ਦੂੰ ਪੱਕਾ ਬਾਜ਼ਾਰ 22 ਤਰੀਕ ਦਾ 22 ਤੋਂ ਅੱਗੇ ਮੁੜ ਨਹੀਂ ਸ਼ੁਰੂ ਕਿਦੋਂ ਹੁੰਦੀ ਹੈ ਸ਼ੁਰੂ 18 ਤਰੀਕ ਨੂੰ 18 ਤਰੀਕ ਨੂੰ ਡੇਰੇ ਦੀ ਮੰਡੀ ਸ਼ੁਰੂ ਹੋ ਜਾਏਗੀ ਠੀਕ ਹੈ ਤੇ ਜਿਹੜਾ ਕੋਈ ਨਵਾਂ ਉੱਥੇ ਜਾਣ ਵਾਲਾ ਹੈਗਾ ਕੋਈ ਰੈਚ ਰੁਚ ਕਰਨਾ ਚਾਹੁੰਦਾ ਜਾਂ ਰਹਿਣਾ ਚਾਹੁੰਦਾ ਉਹਦੇ ਵਾਸਤੇ ਕੀ ਤਰੀਕੇਕਾਰ ਹੈ ਉਹ ਤਰੀਕੇਕਾਰ ਹੀ ਹੋਵੇ ਕਿ ਆਪਣਾ ਹੀ ਕੋਈ ਉਸੇ ਇੰਤਜ਼ਾਮ ਕਰਕੇ ਜਾਣਾ ਉੱਥੇ ਕਮਰੇ ਤਾਂ ਹੁੰਦੇ ਕੋਈ ਨਹੀਂ ਹਾਂ ਰੜਾ ਬੰਗੋਰੇ ਤੇ ਕੋਈ ਬਿਜਲੀ ਬੁਜਲੀ ਕੋਈ ਬਿਜਲੀ ਬੁਜਲੀ ਨਹੀਂ ਜਨਰੇਟਰ ਹੁੰਦੇ ਉਹਨਾਂ ਦੇ ਉੱਤੇ ਮੋਬਾਈਲ ਚਾਰਜਿੰਗ ਵਗੈਰਾ ਪੈਸੇ ਬੁਹ ਲੈਂਦੇ ਨੇ ਚਾਰਜਿੰਗ ਵਾਲੇ ਪੈਸੇ ਲੈਂਦੇ ਨੇ ਹਾਂਜੀ ਹਾਂਜੀ ਠੀਕ ਪਾਣੀ ਦੇ ਹੀ ਪੈਸੇ ਨੇ ਜੀ ਅੱਛਾ ਇੱਕ ਪੀਪਾ ਲਿਓ ਜੀ ਹਾਂ ਤੇ 110 ਰੁਪਏ ਦੇ ਦਿਓ ਜੀ ਕੀ ਬਾਤ ਹੈ ਲਓ ਜਨਾਬ ਅਜ਼ਰ ਭਾਈ ਬੜੀ ਮਿਹਰਬਾਨੀ ਤੁਸੀਂ ਨਵੇਂ ਸ਼ੁਕੀਨਾ ਵਾਸਤੇ ਤੁਸੀਂ ਦੱਸਿਆ ਉੱਥੇ ਜਾ ਕੇ ਕਈ ਫਸ ਜਾਂਦੇ ਹਾਂਜੀ ਹਾਂਜੀ ਉਹ ਆਂਦੇ ਨੇ ਤਾਂ ਪਾਣੀ ਪੀਣ ਨੂੰ ਕੋਈ ਹੁਣ ਕੀ ਕਰੀਏ ਉੱਥੇ ਹੁੰਦਾ ਹੀ ਪੀਣ ਨੂੰ ਕੋਈ ਨਹੀਂ ਲਓ ਜੀ ਅਜ਼ਰ ਭਾਈ ਕੋਲੇ ਆ ਬਸ਼ੇਰੀ ਹੈਗੀ ਜੇ ਨੁਕਰੀ ਤੇ ਜਨਾਬ ਮਾਸ਼ਾਅੱਲਾ ਖੂਬਸੂਰਤ ਚੀਜ਼ ਹੈ ਜੇ ਅਗਰ ਕਿਸੇ ਨੂੰ ਸ਼ੌਕ ਹੋਵੇ ਤੇ ਜਨਾਬ ਮਾਸ਼ਾਅੱਲਾ ਰਾਬਤਾ ਕਰ ਸਕਦੇ ਨੇ ਅਜ਼ਰ ਭਾਈ ਕੋਲੇ 6 ਜਾਨਵਰ ਕਹਿੰਦੇ ਜੀ ਅਸੀਂ ਲੈ ਕੇ ਆਏ ਹਾਂ ਲੇਕਿਨ ਹੁਣ ਤੀਕਰ ਜਿਹੜੇ ਹੈਗੇ ਨੇ 4 ਵਿਕ ਗਏ ਨੇ 2 ਸਿਰਫ ਰਹਿ ਗਏ ਨੇ ਦੂਸਰਾ ਕਿਹੜਾ ਅੱਛਾ ਉਹ ਗਾਜਰੀ ਕਲਰ ਦੀ ਲਓ ਜੀ ਦੂਸਰੀ ਘੋੜੀ ਵੀ ਅਸੀਂ ਅਜ਼ਰ ਦੀ ਤੁਹਾਨੂੰ ਵਿਖਾਉਂਦੇ ਹਾਂ ਉਹ ਘੋੜੀ ਜੇ ਉਹ ਸਾਹਮਣੇ ਉਹ ਜਿਹੜੀ ਖਲੋਤੀ ਹੋਈ ਜੇ ਇਹ ਘੋੜੀ ਅਜ਼ਰ ਇਹਦੇ ਕਿੰਨੇ ਪੈ 2 ਲੱਖ ਰੁਪਈਆ ਲਓ ਜੀ 2 ਲੱਖ ਰੁਪਇਆ ਜਨਾਬ ਇਹਦਾ ਮੰਗ ਰਹੇ ਉਮਰ ਇਸ ਟਾਈਮ ਕਿੰਨੀ ਉਮਰ ਇਹਦੀ 7-1 ਸਾਲ ਹੈ ਜੀ 7 ਸਾਲ ਲਓ ਜੀ 7 ਸਾਲ ਉਮਰ ਜੇ ਘੋੜੀ ਦੀ ਹੱਥ ਪੈਰ ਮਾਸ਼ਾਅੱਲਾ ਸਾਫ ਹੈਗੇ ਜੀ ਤੇ ਮਾਸ਼ਾਅੱਲਾ ਲੰਮੀ ਲੰਜੀ ਘੋੜੀ ਹੈ ਤੇ ਜਨਾਬ ਨੰਬਰ ਅਸੀਂ ਤੁਹਾਨੂੰ ਅਜ਼ਰ ਦਾ ਫੇਰ ਇੱਕ ਵਾਰੀ ਰਿਪੀਟ ਕਰ ਦਿਆ ਜਦੋਂ ਭਾਈ ਨੰਬਰ ਫੇਰ ਦੱਸ ਦਿਓ 03141 ਹਾਂਜੀ 32 53 355 ਬਹੁਤ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਲਓ ਜਨਾਬ ਅਜ਼ਰ ਦੇ ਜਾਨਵਰ ਅਸੀਂ ਤੁਹਾਨੂੰ ਵਿਖਾਏ ਨੇ ਤੁਹਾਨੂੰ ਇਹ ਨਹੀਂ ਕਿਹਾ ਵੀ ਲੈ ਲਓ ਆਪਣੀ ਮਰਜ਼ੀ ਨਾਲ ਜਨਾਬ ਤੁਸੀਂ ਲੈਣੇ ਜੇ ਮੰਡੀ ਦੇ ਵਿੱਚ ਜੋ ਜਾਨਵਰ ਨੇ ਤੁਹਾਡੇ ਵਾਸਤੇ ਜਨਾਬ ਮੈਂ ਕੋਸ਼ਿਸ਼ ਕਰਨਾ ਕਿ ਉਹ ਜਾਨਵਰ ਤੁਹਾਨੂੰ ਵਿਖਾਵਾਂ ਅਤੇ ਜੇ ਕਿਸੇ ਕੋਲ ਚੰਗੇ ਜਾਨਵਰ ਹੋਵਣ ਅਤੇ ਜਾਂ ਜਨਾਬ ਤੁਸੀਂ ਅਗਰ ਮੈਨੂੰ ਬੁਲਾਉਣਾ ਚਾਹੋ ਤਾਂ ਮੈਂ ਫਿਰ ਵੀ ਤੁਹਾਡੇ ਕੋਲ ਜਨਾਬ ਆ ਜਾਵਾਂਗਾ ਅਤੇ ਵੀਡੀਓ ਮੇਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਜ਼ਿਆਦਾ ਚਾਹੁੰਦੇ ਜਨਾਬ ਅੱਲਾਹ